ਥੈਂਕ ਯੂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ, ਤੁਸੀਂ ਸਾਰੇ ਜਣੇ ਆਏ ਹਨ, ਅਸੀਂ ਤੁਹਾਨੂੰ ਪਤਾ ਹੀ ਹੈ ਕਿ ਸ਼ੂਟ ਚੱਲ ਰਿਹਾ ਸੀ ਸਾਡਾ, ਸੁਖਵਿੰਦਰ ਬਾਈ ਦਾ ਗਾਣਾ ਹੈ ਫਿਲਮ ਦੇ ਵਿੱਚ ਜੱਟ ਵਿਗੜ ਗਿਆ ਸੀ, ਤੁਸੀਂ ਸਾਰਿਆਂ ਨੇ ਵਿਗੜ ਵੀ ਕੀਤੀ, ਸੋ ਤੁਹਾਡਾ ਸਾਰਿਆਂ ਦਾ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਸਾਰੇ ਆਏ, ਤੁਹਾਨੂੰ ਪਤਾ ਕਿ ਆਹ ਪੋਸਟਰ ਅਸੀਂ ਪਹਿਲਾਂ ਰਿਲੀਜ਼ ਕੀਤਾ ਸੀ ਅਤੇ ਨਵਾਂ ਪੋਸਟਰ ਅੱਜ ਅਸੀਂ ਰਿਲੀਜ਼ ਕਰ ਰਹੇ ਹਾਂ ਤੁਹਾਡੇ ਸਾਰਿਆਂ ਨਾਲ, ਹਮੇਸ਼ਾ ਦੀ ਤਰ੍ਹਾਂ ਜਿੱਦਾਂ ਪਿਛਲੀ ਫਿਲਮ ਦੇ ਵਿੱਚ ਵੀ ਮੈਨੂੰ ਲੱਗਦਾ ਛੋਟੀ ਛੋਟੀ ਜਿਹੜੀ ਸਾਡੀ ਖੁਸ਼ੀ ਹੈ ਮੈਂ ਤੁਹਾਡੇ ਸਾਰਿਆਂ ਨਾਲ ਹੀ ਸਾਂਝੀ ਕੀਤੀ ਸੀ। ਸੋ ਇਸ ਵਾਰੀ ਖੁਸ਼ੀ 'ਚ ਵਾਧਾ ਪਾਉਣ ਲਈ ਮੇਰੇ ਮੰਮੀ ਮੇਰੇ ਨਾਲ ਆਏ ਨੇ ਅਤੇ ਨਾਲ ਸੁਖਵਿੰਦਰ ਬਾਈ ਆ, ਇਹਨਾਂ ਦਾ ਬਹੁਤ ਬਹੁਤ ਥੈਂਕ ਯੂ, ਕਿਉਂਕਿ ਬਾਈ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਦੇ ਵਿੱਚ ਆਪਣਾ ਗਾਣਾ ਦੇ ਰਿਹਾ, ਸੋ ਮੇਰੇ ਲਈ ਬਹੁਤ ਵੱਡੀ ਗੱਲ ਆ। ਥੈਂਕਸ ਟੂ ਬਾਈ ਐਂਡ ਦੀਪ, ਜਿਹੜੇ ਆਪਣਾ ਐਜ਼ ਏ ਤੁਸੀਂ ਕਹਿ ਲਓ ਕਿ ਲੀਡ ਐਕਟਰੈਸ ਪਹਿਲੀ ਫਿਲਮ ਕਰ ਰਹੇ ਜੋ ਜੱਟ ਵਿਗੜ ਗਿਆ ਲਈ, ਸੋ ਥੈਂਕਸ ਟੂ ਹਰ ਆਲਸੋ, ਕਿਉਂਕਿ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਅਤੇ ਇਸ ਫਿਲਮ ਨੂੰ ਬਹੁਤ ਵਧੀਆ ਬਣਾਇਆ। ਤੁਸੀਂ ਸਾਰੇ ਫਿਲਮ ਪਸੰਦ ਕਰੋ, ਸੋ ਥੈਂਕ ਯੂ ਤੁਹਾਡਾ। ਕਰੀਏ ਸ਼ੁਰੂ? ਠੀਕ ਹੈ, ਪੋਸਟਰ ਤੁਸੀਂ ਵੈਸੇ ਪਹਿਲਾਂ ਦੇਖ ਲਿਆ, ਤੁਹਾਡੇ ਸਾਹਮਣੇ ਪੜਦਾ ਪਾਇਆ ਵਾ, ਸੋ ਮੈਂ ਚਾਹੁੰਦਾ ਕਿ ਇਸ ਫਿਲਮ ਦਾ ਪੋਸਟਰ ਅਤੇ ਜਿੱਦਾਂ ਮੇਰੇ ਲਈ ਸਭ ਤੋਂ ਸਪੈਸ਼ਲ ਮੇਰੀ ਮੰਮੀ ਆ, ਸੋ ਇਹਨਾਂ ਦੇ ਹੱਥੋਂ ਮੈਂ ਚਾਹੁੰਦਾ, ਅਤੇ ਦੂਜੇ ਇਸ ਟਾਈਮ ਸਭ ਤੋਂ ਸਪੈਸ਼ਲ ਗੈਸਟ ਸਾਡੇ ਬਾਈ ਆ, ਮੈਂ ਚਾਹੁੰਦਾ ਕਿ ਬਾਈ ਅਤੇ ਮੰਮੀ ਦੋਨੋਂ ਪਰਦਾ ਕਰਨ, ਅਸੀਂ ਗੈਸਟ ਆ ਅੱਜ, ਠੀਕ ਹੈ? ਹਾਂਜੀ, ਥੈਂਕ ਯੂ। ਲਓ ਜੀ ਕਿਚਨ ਮੰਮੀ, ਸੋ ਆਹ ਪੋਸਟਰ ਤੁਸੀਂ ਸਾਰੇ ਜਣੇ ਜ਼ਰੂਰ ਸ਼ੇਅਰ ਕਰਿਓ, ਬਾਕੀ ਜੇ ਕਿਸੇ ਨੇ ਕੁਛ ਪੁੱਛਣਾ ਤੁਸੀਂ ਪੁੱਛ ਸਕਦੇ। ਹਾਂਜੀ ਇੱਕ ਮਿੰਟ ਮਾੜਾ ਜਿਹਾ, ਹਾਂਜੀ ਸੋ ਮੇਰੇ ਲਈ ਇਹ ਵੀਰੇ ਹਮੇਸ਼ਾ ਸਪੈਸ਼ਲ ਹੀ ਹੁੰਦਾ, ਤੁਸੀਂ ਸਾਰੇ ਵੀ ਮੇਰੇ ਲਈ ਬਹੁਤ ਸਪੈਸ਼ਲ ਹੋ, ਸੋ ਇਹ ਸਪੈਸ਼ਲ ਇਸ ਕਰਕੇ ਕਿਉਂਕਿ ਮੰਮੀ, ਮੈਂ ਮੰਮੀ ਨੂੰ ਬੁਲਾਇਆ ਸੀ, ਮੈਂ ਕਿਹਾ ਕਿ ਤੁਸੀਂ ਆ ਕੇ ਕਰਿਓ, ਕਿ ਪਿਛਲੀਆਂ ਫਿਲਮਾਂ 'ਚ ਕਦੀ ਨਹੀਂ ਆਏ ਹੋ ਨਾਲ, ਅਤੇ ਇਹ ਫਿਲਮ ਦੇ ਵਿੱਚ ਮਾਂ ਦੀ ਬਹੁਤ ਇੰਪੋਰਟੈਂਸ ਆ, ਇਸ ਕਰਕੇ ਮੈਂ ਮੰਮੀ ਨੂੰ ਕਿਹਾ ਤੁਸੀਂ ਆਇਓ। ਸੋ ਇਹ ਪਹਿਲੀ ਫਿਲਮ ਆ ਜਿਹਦਾ ਪੋਸਟਰ ਮੰਮੀ ਨੇ ਲਾਂਚ ਕੀਤਾ, ਸੋ ਮੈਨੂੰ ਲੱਗਦਾ ਉਹਨਾਂ ਦੀਆਂ ਦੁਆਵਾਂ, ਤੁਹਾਡਾ ਸਾਰਿਆਂ ਦਾ ਪਿਆਰ, ਸੋ ਇਸ ਤੋਂ ਵਧੀਆ ਅਤੇ ਵੱਡੀ ਮੂਮੈਂਟ ਨਹੀਂ ਹੋ ਸਕਦੀ ਮੇਰੀ। ਹਾਂਜੀ ਨਹੀਂ, ਮੈਂ ਆਪਦੇ ਆਪ ਨੂੰ ਮੈਂ ਇਹ ਨਹੀਂ ਕਹਿੰਦਾ ਮੈਂ ਬੜਾ ਮਹਾਨ ਆ, ਮੈਨੂੰ ਏਦਾਂ ਲੱਗਦਾ ਕਿ ਇਹ ਮੇਰੀ ਮੰਮੀ ਦੀਆਂ ਦੁਆਵਾਂ ਤੇ ਤੁਹਾਡੇ ਸਾਰਿਆਂ ਦਾ ਪਿਆਰ ਆ, ਕਿ ਜਿਹੜੀ ਵੀ ਮਾਂ ਮੈਨੂੰ ਕਦੀ ਵੀ ਕਿਤੇ ਵੀ ਮਿਲਦੇ ਆ, ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਵੀ ਮਿਲੇ ਆ, ਅਤੇ ਉਹਨਾਂ ਨੂੰ ਵੀ ਮੈਨੂੰ ਐਂ ਲੱਗਦਾ ਮਿਲ ਕੇ ਆਇਆ, ਕਦੀ ਲੱਗਿਆ ਨਹੀਂ ਕਿ ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲਣਾ, ਸੋ ਇਹ ਸਾਰੀਆਂ ਬਲੈਸਿੰਗਸ ਨੇ। ਸੋ ਉਹ ਜਿਹੜੀ ਗੁਰਦੁਆਰੇ ਵਾਲਾ ਵੀਡੀਓ ਸੀਗਾ, ਉਹ ਜਿੱਦਣ ਮੇਰੇ ਨਾਲ ਹੋਇਆ ਸੀ ਮੈਨੂੰ ਬੜੀ ਖੁਸ਼ੀ ਮਿਲੀ, ਉਹ ਮੇਰੇ ਲਈ ਇੱਕ ਫਿਲਮ ਬਲੋਕਬਸਟਰ ਹੋਣ ਤੋਂ ਵੀ ਜ਼ਿਆਦਾ ਖੁਸ਼ੀ ਸੀਗੀ, ਕਿ ਉਹ ਮਾਤਾ ਜੀ ਬਹੁਤ ਬਜ਼ੁਰਗ ਸੀਗੇ, 65-70 ਸਾਲ ਦੀ ਉਹਨਾਂ ਦੀ ਏਜ ਹੋਣੀ ਹੈ, ਸੋ ਸਾਰੀ ਫੈਮਿਲੀ ਸੀਗੇ ਉੱਥੇ, ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤੇਰੀ ਪਿਛਲੀ ਫਿਲਮ ਲਈ ਅਰਦਾਸ ਕੀਤੀ, ਮੈਂ ਸਪੈਸ਼ਲ ਆਪਣੇ ਮੁੰਡੇ ਨੂੰ ਲੈ ਕੇ ਆਈ ਹਾਂ ਕਿ ਚੱਲ ਅਰਦਾਸ ਕਰਕੇ ਆਈ ਉਹਦੀ ਫਿਲਮ ਲਈ, ਸੋ ਮੈਨੂੰ ਲੱਗਦਾ ਇਹ ਬਿਨਾਂ ਦੁਆਵਾਂ ਅਤੇ ਬਲੈਸਿੰਗਸ ਤੋਂ ਨਹੀਂ ਮਿਲ ਸਕਦੀ, ਸੋ ਮੈਂ ਆਪਦੇ ਆਪ ਨੂੰ ਕਿਸਮਤ ਵਾਲਾ ਸਮਝਦਾ ਯਾਰ ਇਸ ਕੇਸ 'ਚ, ਕਿਉਂਕਿ ਇਸ ਤੋਂ ਪਹਿਲਾਂ ਲੋਕ ਐਦਾਂ ਸੋਚਦੇ ਸੀਗੇ ਕਿ ਸ਼ਾਇਦ ਜੈਦ ਨਾਲ ਵੱਡੀ ਇੰਟਰੀ ਵੀ ਆ, ਹਾਂਜੀ ਹਾਂਜੀ ਜੀ ਜੀ, ਪਰ ਜਦੋਂ ਉਹ ਚੀਜ਼ ਵੇਖੀ ਤਾਂ ਲੱਗਦਾ ਨਹੀਂ ਯਾਰ ਜੈਦ ਫੈਮਿਲੀ, ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਇੱਕ ਪੋਤਾ, ਸੋ ਮੇਰਾ ਫਰਜ਼ ਬਣਦਾ ਕਿ ਮੈਂ ਫਿਲਮ ਕਰਾਂ ਅਤੇ ਮੇਰੀ ਮੰਮੀ ਵੀ ਦੇਖੇ ਅਤੇ ਉਹਨਾਂ ਨੂੰ ਵੀ ਵਧੀਆ ਲੱਗੇ, ਅਤੇ ਮੇਰੀ ਮੰਮੀ ਦੀਆਂ ਸਹੇਲੀਆਂ ਵੀ ਦੇਖਣ 'ਚ ਉਹਨਾਂ ਨੂੰ ਵਧੀਆ ਲੱਗੇ,
ਕਿਉਂਕਿ ਇੱਥੇ ਤੁਹਾਨੂੰ ਪਤਾ ਹੋਣਾ ਸੀ ਜਿੱਥੇ ਰਹਿੰਦੇ ਹਾਂ ਉੱਥੇ ਜ਼ਿਆਦਾ ਲੋਕ ਘੁਲਦੇ ਮਿਲਦੇ ਨੀਗੇ, ਸੋ ਮਾਤਾ ਦੀ ਇੱਕ ਦੋ ਸਹੇਲੀਆਂ ਨੇ ਉਹਨਾਂ ਨੂੰ ਨਾਲ ਲੈ ਜਾਂਦੇ ਨੇ ਫਿਲਮ ਵੇਖਣ, ਸੋ ਮੈਂ ਉਹਨਾਂ ਦਾ ਧਿਆਨ ਰੱਖ ਕੇ ਇਸ ਫਿਲਮ ਦੇ ਵਿੱਚ ਸਾਰੀਆਂ ਚੀਜ਼ਾਂ ਉਹ ਕੀਤੀਆਂ, ਜਿਹਦੇ 'ਚ ਤੁਸੀਂ ਸਾਰੇ ਵੀ ਆਪਣੀਆਂ ਮਾਤਾਵਾਂ ਨਾਲ ਭੈਣਾਂ ਨਾਲ ਚਾਹੋਗੇ ਤੁਹਾਨੂੰ ਮਜ਼ਾ ਆਊਗਾ। ਕੰਪਲੀਮੈਂਟ ਮਿਲਦਾ ਮਾਤਾ ਨੂੰ ਮਤਲਬ? ਨਹੀਂ, ਐਂ ਤਾਂ ਨਹੀਂ ਕਿਹਾ ਕਦੀ ਮੰਮੀ ਨੇ, ਮੰਮੀ ਕਦੀ ਕਿਹਾ ਤਾਂ ਨਹੀਂ ਤੁਸੀਂ ਬਾਪ ਤੁਸੀਂ ਬਹੁਤ ਵਧੀਆ, ਕਦੀ ਨਹੀਂ ਕਿਹਾ। ਪੁੱਛਣਾ ਸੀ ਫਿਲਮ ਫਿਲਮ ਇਹਨਾਂ ਨੂੰ ਦਿਖਾਈ, ਹੋਰ ਫਿਲਮ ਨਹੀਂ ਦੇਖੀ ਤੁਸੀਂ ਹਲੇ? ਫਿਲਮ ਨਹੀਂ, ਮੈਂ ਫਿਲਮ ਥੀਏਟਰ 'ਚ ਹੀ ਦਿਖਾਉਂਦਾ। ਅਤੇ ਮੈਨੂੰ ਇੱਦਾਂ ਲੱਗਦਾ ਯਾਰ ਕਿ ਉਹ ਅਸੀਂ ਬੜੀ ਮਿਹਨਤ ਸਾਰੀ ਟੀਮ ਨੇ ਕੀਤੀ ਆ, ਅਤੇ ਮੰਮੀ ਨੂੰ ਵੀ ਉੱਦਾਂ ਹੀ ਲੋਕਾਂ ਵਾਂਗੂ ਜਿੱਦਾਂ ਸਾਰੇ ਜਣੇ ਤੁਸੀਂ ਐਕਸਪੀਰੀਅੰਸ ਕਰੋ ਉੱਦਾਂ ਹੀ ਮੰਮੀ ਵੀ ਐਕਸਪੀਰੀਅੰਸ ਕਰੇ। ਬਾਕੀ ਮੰਮੀ ਨੂੰ ਪੁੱਛੋ ਕਿੱਦਾਂ ਲੱਗ ਰਿਹਾ ਮੰਮੀ ਤੁਹਾਡਾ ਮੁੰਡਾ ਇੱਥੇ ਹੈ। ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ, ਵਧੀਆ ਲੱਗ ਰਿਹਾ। ਅੱਛਾ, ਸਾਰੇ ਕਹਿੰਦੇ ਕਹਿੰਦੇ ਜੈ ਬੜਾ ਖੜਕਾ ਦੜਕਾ ਕਰਦਾ, ਇੱਕ ਸਾਰੀ ਫਿਲਮਾਂ ਕਰਦਾ, ਪਰ ਸਾਰਿਆਂ ਨੂੰ ਘੁੱਟ ਪੈਂਦੀ ਹੈ ਯਾਰ, ਤੇ ਮੈਂ ਥੋੜਾ ਜ਼ਿਆਦਾ ਐਕਸਟਰਾ ਥੋੜਾ ਸ਼ਰਾਰਤੀ ਸੀ, ਤੇ ਟਿਊਸ਼ਨ ਦਾ ਬਹਾਨਾ ਲਾ ਕੇ ਚੱਲ ਜਾਣਾ ਕਿਤੇ ਹੋਰ, ਤੇ ਫਿਰ ਇੱਕ ਵਾਰੀ ਮੰਮੀ ਨੂੰ ਪਤਾ ਲੱਗ ਗਿਆ ਮੈਂ ਕਿੱਥੇ ਹਾਂ, ਅਤੇ ਮੰਮੀ ਟਿਊਸ਼ਨ 'ਤੇ ਪਤਾ ਕਰਨ ਚੱਲ ਗਈ ਕਿ ਇੱਥੇ ਤਾਂ ਮੇਰਾ ਮੁੰਡਾ ਆਇਆ ਨਹੀਂ, ਫਿਰ ਜਿੱਥੇ ਸੀਗਾ ਉੱਥੇ ਆ ਕੇ ਪਈ ਆ। ਮੈਂ ਤਾਂ ਜ਼ਰੂਰੀ ਹੈ ਮੈਨੂੰ ਲੱਗਦਾ। ਮੇਰੀ ਬਹੁਤ ਵਧੀਆ ਫੀਲਿੰਗ ਸੀ, ਮੈਨੂੰ ਬਹੁਤ ਖੁਸ਼ੀ ਹੋਈ ਕਿ ਬੱਚਾ ਮੇਰਾ ਇਸ ਮੁਕਾਮ 'ਤੇ ਪਹੁੰਚਿਆ ਹੋਇਆ, ਅਤੇ ਵਧੀਆ ਮਿਲਿਆ, ਅਵਾਰਡ ਮਿਲ ਗਿਆ। ਸੋਚਿਆ ਨਹੀਂ ਸੀ, ਸ਼ੁਰੂ ਤੋਂ ਹੀ ਉਹਦੀ ਆਦਤ ਸੀਗੀ ਕਿ ਇਹੀ ਕੰਮ ਕਰਨਾ ਮੈਂ, ਫਿਰ ਇਸ ਲਾਈਨ 'ਤੇ ਚੱਲ ਪਿਆ। ਜਿੱਦੀ ਤਾਂ ਛੋਟੇ ਬੱਚੇ ਤਾਂ ਹੁੰਦੇ ਆ, ਵੱਡਾ ਹੋ ਗਿਆ ਤਾਂ ਨਹੀਂ ਜਿੱਦੀ ਹੋਇਆ। ਹਾਂਜੀ ਹਾਂਜੀ ਹਾਂਜੀ। ਚਲੋ ਯਾਰ, ਮੇਰੀ ਮੇਰੀ ਮੰਮੀ ਘਬਰਾ ਜਾਣੀ ਹੈ, ਇੰਨੇ ਸਵਾਲ ਨਾ ਪੁੱਛੋ। ਮੈਂ ਹੁਣੇ ਬੈਠੀ ਬੈਠੀ ਪਾਰਟੀ ਕਰ ਰਹੀ ਸੀ, ਮੈਨੂੰ ਮਤਲਬ ਜਿੱਦਾਂ ਹੁੰਦਾ ਨਾ ਕਿ ਜੋ ਤੁਸੀਂ ਸੋਚਿਆ ਉਹ ਚੀਜ਼ ਜਦੋਂ ਹੋ ਰਹੀ ਹੈ ਉਸ ਪ੍ਰੋਸੈਸ ਦੇ ਵਿੱਚ ਤੁਹਾਨੂੰ ਐਂ ਲੱਗਦਾ ਕਿ ਕੋਈ ਸੁਪਨਾ ਜਿਹਾ ਹੀ ਚੱਲ ਰਿਹਾ। ਮੈਂ ਇਸ ਟਾਈਮ ਬਹੁਤ ਜ਼ਿਆਦਾ ਓਵਰਵੈਲਮ ਫੀਲ ਕਰ ਰਹੀ ਹਾਂ, ਐਂਡ ਥੈਂਕ ਯੂ ਤੁਹਾਡਾ ਸਾਰਿਆਂ ਦਾ, ਤੁਸੀਂ ਆਏ ਹੋ, ਤੁਹਾਡਾ ਗਰਮੀ ਵੀ ਬਹੁਤ ਜ਼ਿਆਦਾ ਹੈ, ਪਰ ਦਿਲੋਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮਚ। ਇਹ ਸਰਪ੍ਰਾਈਜ਼ ਹੈ ਇਹ, ਹਾਂਜੀ ਇਹ ਸਰਪ੍ਰਾਈਜ਼ ਹੈ, ਇਹ ਤੁਸੀਂ ਜਦੋਂ ਮੂਵੀ ਦੇਖੋਗੇ ਫਿਰ ਤੁਸੀਂ ਦੱਸੋ ਕਿੱਦਾਂ ਜੀ। ਥੈਂਕ ਯੂ। ਵਧੀਆ ਵਧੀਆ, ਤੁਸੀਂ ਦੱਸੋ ਵਧੀਆ ਵੀਰੇ ਵਧੀਆ। ਜਿੱਦਾਂ ਦੇ ਮੇਰੇ ਗਾਣੇ ਹੁੰਦੇ ਆ ਬਾਈ ਦੀਆਂ, ਉੱਦਾਂ ਦੀਆਂ ਫਿਲਮਾਂ ਹੁੰਦੀਆਂ, ਹੋ ਸਕਦਾ ਮੇਰੀਆਂ ਵੀ ਕਦੇ ਇੱਦਾਂ ਦੀਆਂ ਫਿਲਮਾਂ ਹੋਣ, ਅਤੇ ਵਧੀਆ ਲੱਗਿਆ ਮੈਨੂੰ ਜਦੋਂ ਬਾਈ ਨੇ ਕਿਹਾ ਕਿ ਗਾਣਾ ਚਾਹੀਦਾ ਫਿਲਮ 'ਤੇ, ਥੋੜ੍ਹਾ ਤੱਤਾ ਚਾਹੀਦਾ। ਮੈਂ ਕਿਹਾ ਕੋਈ ਨਹੀਂ ਬਾਈ ਬਣਾ ਦੇ, ਵਧੀਆ ਲੱਗਿਆ ਬਾਈ ਦਾ ਨੇਚਰ ਵੀ ਬੜਾ ਵਧੀਆ ਲੱਗਿਆ। ਵੈਸੇ ਫਸਟ ਤਾਂ ਉਹੀ ਹੁੰਦਾ ਕਿ ਤੁਹਾਨੂੰ ਕਿੱਦਾਂ ਕੋਈ ਡੀਲ ਕਰਦਾ, ਅਤੇ ਉੱਦਾਂ ਦੀ ਚੀਜ਼ ਬਣ ਜਾਂਦੀ। ਮੈਂ ਦੱਸਦਾ, ਮੈਂ ਨਾ ਮੈਨੂੰ ਬਾਈ ਦੀ ਗੱਲ ਸੁਣਦੇ ਇੱਕ ਗੱਲ ਯਾਦ ਹੈਗੀ, ਜਦੋਂ ਮੈਂ ਹੁਣੇ ਇਹਦਾ ਜਵਾਬ ਦਊਗਾ ਠੀਕ ਆ।
ਜਦੋਂ ਮੈਂ ਬਾਈ ਨੂੰ ਫੋਨ ਕੀਤਾ ਨਾ ਫਿਲਮ ਦੇ ਗਾਣੇ ਲਈ, ਅਤੇ ਮੈਂ ਕਿਹਾ ਬਾਈ ਮੈਨੂੰ ਗਾਣਾ ਚਾਹੀਦਾ, ਮੈਂ ਕਦੀ ਨਹੀਂ ਮਿਲਿਆ ਇਹਨਾਂ ਨੂੰ ਪਹਿਲਾਂ, ਕਦੀ ਸਾਡੀ ਗੱਲ ਨਹੀਂ ਹੋਈ, ਮੈਂ ਨੰਬਰ ਲੈ ਕੇ ਵੀਰੇ ਨੂੰ ਸਿੱਧਾ ਫੋਨ ਕਰਿਆ, ਮੈਂ ਕਿਹਾ ਵੀਰੇ ਇੱਦਾਂ ਦਾ ਗਾਣਾ ਚਾਹੀਦਾ, ਤੁਸੀਂ ਯਕੀਨ ਮੰਨਿਓ ਕਿ 20 ਮਿੰਟ ਹੀ ਹੋਣੇ ਆ, 20 ਮਿੰਟ 'ਚ ਬਾਈ ਨੇ ਫਿਲਮ ਦੀ ਸਿਚੁਏਸ਼ਨ 'ਤੇ ਨਵਾਂ ਗਾਣਾ ਲਿਖ ਕੇ ਬਣਾ ਕੇ ਭੇਜਤਾ ਜੀ ਸਾਨੂੰ। ਤੁਸੀਂ ਫਿਲਮ ਗਾਣੇ ਦੀ ਪਹਿਲੀ ਲਾਈਨ ਦੇ ਵਿੱਚ ਹੀ ਆ ਕਿ ਮਾਂ ਨੇ ਪੁੱਤ ਤਾਂ ਮਾਂ ਨੇ ਨਾਂ ਤਾਂ ਕੋਈ ਹੋਰ ਰੱਖਿਆ ਸੀ ਪਰ ਦੁਨੀਆ ਕਹੇ ਦਲੇਰ ਕੁੜੇ, ਸੋ ਦਲੇਰ ਕਰੈਕਟਰ ਦਾ ਨਾਮ ਆ। ਸੋ ਬਾਈ ਨੇ ਸਾਰਾ ਫਿਲਮ ਦੇ ਉੱਤੇ ਨਾ 20 ਮਿੰਟ 'ਚ ਹੀ ਗਾਣਾ ਬਣਾਤਾ, ਅਤੇ ਮੇਰੇ ਲਈ ਅਸੀਂ ਪੋਸਟਰ ਸ਼ੂਟ ਕਰਨਾ ਸੀ, ਆਹ ਵਾਲੀਆਂ ਫੋਟੋਆਂ ਕਰਨੀਆਂ ਸੀ ਅਤੇ ਅਸੀਂ ਉਹੀ ਗਾਣਾ ਸੁਣ ਕੇ ਕੀਤਾ। ਸੋ ਮੈਨੂੰ ਬਹੁਤ ਵਧੀਆ ਲੱਗਿਆ ਐਂਡ ਮੈਂ ਤਾਂ ਬਹੁਤ ਥੈਂਕਫੁੱਲ ਹਾਂ ਵੀਰੇ ਦਾ ਕਿ ਪਰ ਜਿਹੜੀ ਪੰਜਾਬ 'ਚ ਅੱਜ ਤੱਕ ਨਹੀਂ ਬਣੀ, ਕਿਉਂਕਿ ਮੈਂ ਪੋਸਟਾਂ 'ਚ ਵੀ ਲਿਖਦਾ ਸਟੋਰੀ ਨੈਵਰ ਸੀਨ ਬਿਫੋਰ। ਸੋ ਇਹ ਕਹਾਣੀ ਇੱਦਾਂ ਦੀ ਹੈ, ਤੁਸੀਂ ਮੈਂ ਗਰੰਟੀ ਦਿੰਦਾ ਜੋ ਤੁਹਾਡੀ ਫਿਲਮ ਤੁਸੀਂ ਦੇਖੋਗੇ ਜੇ ਜੱਟ ਵਿਗੜ ਗਿਆ, ਤੁਸੀਂ ਇੱਦਾਂ ਦਾ ਰਿਲੇਸ਼ਨਸ਼ਿਪ ਆਪਣੇ ਪੋਸਟ ਦਾ, ਆਪਣੀ ਮਾਂ ਨਾਲ, ਆਪਣੀ ਭੈਣ ਨਾਲ, ਆਪਣੀ ਗਰਲਫ੍ਰੈਂਡ ਨਾਲ ਤੁਸੀਂ ਨਹੀਂ ਦੇਖਿਆ ਹੋਣਾ। ਸੋ ਇੱਕ ਇੱਦਾਂ ਦਾ ਮੁੱਦਾ ਹੈ ਫਿਲਮ 'ਚ ਜਿਹਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦੀ ਲੋੜ ਆ ਆਪਣੇ ਪੰਜਾਬ 'ਚ ਇਸ ਟਾਈਮ, ਜਿਹਦੇ 'ਤੇ ਧਿਆਨ ਦਿੱਤਾ ਜਾਵੇ। ਸੋ ਉਹ ਮੁੱਦੇ ਨੂੰ ਅਸੀਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਇਨ ਐਂਟਰਟੇਨਿੰਗ ਵੇ। ਸੋ ਉਹਨਾਂ ਨੇ ਜਦੋਂ ਕਹਾਣੀ ਸੁਣਾਈ, ਫਿਰ ਉਹ ਤੋਂ ਬਾਅਦ ਅਮਰਜੀਤ ਸਰਾਉਂ ਭਾਈ ਜਿਹਨਾਂ ਨੇ ਸਕਰੀਨ ਪਲੇ ਡਾਇਲੋਗਸ ਲਿਖੇ, ਫਿਰ ਉਹ ਇਨਵੋਲਵ ਹੋਏ, ਫਿਰ ਮਨੀਸ਼ ਸਰ, ਮਨੀਸ਼ ਭੱਟ ਸਰ ਉਹਨਾਂ ਨੇ ਡਾਇਰੈਕਟ ਕੀਤਾ ਐਂਡ ਉਹਨਾਂ ਦਾ ਤੁਹਾਨੂੰ ਸਟਾਈਲ ਪਤਾ। ਅਤੇ ਦੈਨ ਫਿਰ ਪ੍ਰੋਡਿਊਸਰਸ ਥਿਨ ਮੋਸ਼ਨ ਐਂਡ ਜੈਪ ਪ੍ਰੋਡਕਸ਼ਨ, ਇਹਨਾਂ ਨੇ ਸਾਡੇ ਕੋਲ ਪ੍ਰੋਡਿਊਸ ਕੀਤੀ। ਸੋ ਇਹਨਾਂ ਸਾਰਿਆਂ ਦਾ ਮਿਲ ਜੁਲ ਕੇ ਅਸੀਂ ਸਾਰੀ ਟੀਮ ਨੇ ਇਸ 'ਤੇ ਕੰਮ ਕੀਤਾ ਅਤੇ ਉਹਦਾ ਰਿਜ਼ਲਟ ਜਿਹੜਾ ਹੈ ਉਹਦੇ ਤੋਂ ਮੈਂ ਬਹੁਤ ਖੁਸ਼ ਹਾਂ। ਕਿਉਂਕਿ ਬਾਈ ਆਪਣੇ ਕੰਮ 'ਚ ਮਾਸਟਰ ਆ ਅਤੇ ਮੈਂ ਬਾਈ ਦਾ ਫੈਨ ਹੀ ਹਾਂ, ਮੈਨੂੰ ਬਹੁਤ ਪਸੰਦ ਆ ਬਾਈ ਦੇ ਗਾਣੇ, ਅਤੇ ਉਹ ਜਿਹੜਾ ਗਾਣਾ ਸੀ ਅਸੀਂ ਮਾਸਟਰ ਕਰਵਾਉਣਾ ਸੀ, ਮੈਂ ਬਾਈ ਨੂੰ ਕਿਹਾ, ਮੈਂ ਕਿਹਾ ਬਾਈ ਤੁਸੀਂ ਸੁਣੋ, ਕਿਉਂਕਿ ਤੁਹਾਡੀ ਫੀਡਬੈਕ ਜ਼ਰੂਰੀ ਹੈ, ਤੁਸੀਂ ਆਪਣੇ ਦਰਸ਼ਕਾਂ ਨੂੰ ਜਾਣਦੇ ਹੋ। ਸੋ ਅਸੀਂ ਸੁਣ ਰਹੇ ਸੀ, ਫਿਰ ਬਾਈ ਨੇ ਉਹਦੇ 'ਚ ਜੋ ਇੰਪੋਰਟੈਂਟ ਚੀਜ਼ਾਂ ਸੀ ਉਹ ਨੋਟ ਕਰਕੇ ਉਹ ਚੇਂਜ ਕਰਾਈਆਂ, ਇਸ ਕਰਕੇ ਸਾਨੂੰ ਸੀ ਕਿ ਅਸੀਂ ਵਧੀਆ ਗਾਣਾ ਡਿਲੀਵਰ ਕਰੀਏ ਫਿਲਮ 'ਚ। ਜੀ ਆਪਣੇ ਸਾਰਿਆਂ ਦੇ ਅੰਦਰ ਹੀ ਉਦਾਂ ਦਾ ਬੰਦਾ ਇੱਕ ਸ਼ਾਮਿਲ ਹੁੰਦਾ ਅਤੇ ਉਦਾਂ ਨੇਚਰ ਥੋੜ੍ਹਾ ਹੋਰ ਹੁੰਦਾ, ਯਾਰਾਂ ਮਿੱਤਰਾਂ 'ਚ ਰਹਿੰਦੇ ਤਾਂ ਕਰਕੇ ਬਸ ਇੱਦਾਂ ਹੀ ਹੁੰਦਾ ਵੀ ਕਿ ਬੰਦਾ ਫੀਲ ਕਰਦਾ ਜੋ ਉਦਾਂ ਦੇ ਗਾਣੇ ਬਣ ਜਾਂਦੇ ਆ, ਆਪਣੇ ਅੰਦਰ ਵਿਜ਼ਨ ਹੁੰਦਾ ਬਸ ਐਂ ਬਣ ਜਾਂਦੇ। ਹਾਂ ਜ਼ਰੂਰ ਬਾਈ, ਕਿਹਦੇ ਦੇ ਤੁਹਾਡੇ ਦੱਸ ਕੋਈ ਮਿੱਤਰਾਂ ਨਾ ਕਹਿ ਜੇ ਇਹ ਹੋ ਨੀ ਸਕਦਾ, ਜੱਟ ਦੇਸ਼ ਹਰ ਕੋਈ ਉਹ ਮਾਪਿਆਂ ਦੇ ਨਾਲ ਦਿਲੀ ਸਾਂਝ ਰੱਖੀ, ਉਹ ਤੇਰਾ ਘੱਟਵਾ ਹੁਸਨ ਸਾਨੂੰ ਮੋਹ ਨੀ ਸਕਦਾ, ਮਾੜੀ ਕਰਦਾ ਕਦੇ ਨੀ ਬਿਲੋ ਚੜਦਾ ਕਦੇ ਨੀ, ਸਾਨੂੰ ਭਾਬੇ ਵੱਲੋਂ ਦਿੱਤੀ ਪੂਰੀ ਗੱਡ ਲਾਈ ਪਾ, ਜੱਟ ਲਾਈਫ ਸਾਡੀ ਪੂਰੀ ਥੱਗ ਲਾਈ ਵਾ, ਬਸ ਗੁਜ਼ਰ ਵੱਲੋਂ ਜਬ ਕੱਢ ਲਾਈ ਵਾ। ਵੈਸੇ ਤਾਂ ਉੱਚਾ ਗਾ ਲਈਦਾ ਪਰ ਐਵੇਂ ਮਾਹੌਲ ਸ਼ਾਂਤ ਜਿਹਾ ਕਰਕੇ ਲਾਈਟ ਜਿਹਾ ਰੱਖਿਆ ਗਿਆ। ਥੈਂਕ ਯੂ ਬਾਈ, ਥੈਂਕ ਯੂ। ਸੋ ਥੈਂਕ ਯੂ ਬਾਈ ਦਾ ਵੀ ਹੈ ਨਾ, ਸੋ ਮੈਂ ਬਾਈ ਨੂੰ ਇਹ ਨਹੀਂ ਕਿਹਾ ਗਾਣਾ ਗਾਉਣਾ ਯਾਰ ਤੁਸੀਂ ਐਂ ਫ੍ਰੀ 'ਚ ਸ਼ੁਰੂ ਹੋ ਜਾਣਾ, ਨਹੀਂ ਬਹੁਤ ਵਧੀਆ, ਥੈਂਕ ਯੂ ਤੁਹਾਡਾ ਸਾਰਿਆਂ ਦਾ, ਅਤੇ ਮੇਰੀ ਮੰਮੀ ਤੁਹਾਡੇ ਸਾਰੇ ਲਈ ਲੱਡੂ ਲੈ ਕੇ ਆਏ ਆ, ਅਤੇ ਮੈਂ ਯਾਰ ਤੁਹਾਨੂੰ ਚਾਹੁੰਦਾ ਕਿ ਇਹ ਸਾਡੀ ਖੁਸ਼ੀ ਤੁਹਾਡੇ ਨਾਲ ਹੀ ਹੈ ਸਾਰੀਆਂ।
ਸੋ ਤੁਸੀਂ ਸਾਰੇ ਜਾਣੇ ਪਲੀਜ਼ ਆ ਕੇ ਹੀ ਜਾਇਓ ਅਤੇ ਆਹ ਸਾਰੇ ਜਾਣੇ ਪੋਸਟਰ ਸ਼ੇਅਰ ਜ਼ਰੂਰ ਕਰੋ, ਮੈਂ ਸਟੋਰੀਆਂ ਚੈੱਕ ਕਰ ਰਹੀਆਂ ਤੁਹਾਡੀਆਂ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।